ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜਿਹੜੀ ਵੀਡੀਓ ਉਹ ਹੈਗੀ ਆ ਵਰਕ ਪਰਮਨਟ ਨਾਲ ਰਿਲੇਟਡ ਰਮਾਨੀਆ ਦੇ ਵਰਕ ਪਰਮਨਟ ਦੀ ਮੈਂ ਅਪਡੇਟ ਤੁਹਾਨੂੰ ਦੇਣ ਲੱਗਾ ਕਿੰਨਾ ਟਾਈਮ ਕੀ ਪ੍ਰੋਸੈਸ ਕੀ ਫੀਸ ਸਾਰਾ ਕੁਝ ਮੈਂ ਤੁਹਾਨੂੰ ਦੱਸਾਂਗਾ ਕਿ ਕਿੰਨੇ ਕੁ ਪੈਸੇ ਦੇਣੇ ਜਾਇਜ਼ ਉਹ ਮੈਂ ਤਾਂ ਦੱਸਾਂ ਕਿਉਂਕਿ ਕਾਫੀ ਟਾਈਮ ਹੋ ਗਿਆ ਕੋਈ ਇਦਾਂ ਦੀ ਵੀਡੀਓ ਨਹੀਂ ਸੀ ਆਈ ਹੈਗੀ ਕਿ ਨਵੀਂ ਕੋਈ ਅਪਡੇਟ ਦਿੱਤੀ ਜਾਵੇ ਰਮਾਨੀਆ ਦੇ ਵਰਕ ਪਰਮਨਟ ਨਾਲ ਰਿਲੇਟਡ ਉਹਦੇ ਅਕੋਰਡਿੰਗ ਤੁਹਾਨੂੰ ਕੋਈ ਨਵੀਂ ਜਿਹੜੀ ਜੋ ਵੀ ਅਪਡੇਟ ਹੈਗੀ ਆ ਮੈਂ ਤੁਹਾਨੂੰ ਸਾਰੀ ਦੱਸ ਦਵਾਂ ਤੇ ਤਾਂ ਜੋ ਬਹੁਤਿਆਂ ਲੋਕਾਂ ਨੂੰ ਇਹੀ ਹੁੰਦਾ ਕਿ ਪਤਾ ਨਹੀਂ ਕਿੰਨੇ ਕੇ ਪੈਸੇ ਲੱਗ ਜਾਂਦੇ ਆ ਕਿ ਕਿੰਨਾ ਟਾਈਮ ਲੱਗਦਾ ਜਾਂ ਕਿਉਂਕਿ ਜੇ ਕੋਈ ਨਵਾਂ ਮੈਨੂੰ ਫੋਲੋ ਕਰਦਾ ਤੇ ਉਹ ਹੀ ਮੈਸੇਜ ਕਰਦਾ ਕਿ ਕਿੰਨਾ ਟਾਈਮ ਲੱਗੂਗਾ ਸਿਰ ਦੋ ਮਹੀਨੇ ਕਿ ਆਜੈਂਟ ਨੇ ਤਿੰਨ ਮਹੀਨੇ ਗਿਆ ਸੋ ਉਹਦੇ ਨਾਲ ਰਿਲੇਟਡ ਵੀਡੀਓ ਆ ਤੇ ਵੀਡੀਓ ਨੂੰ ਪਲੀਜ਼ ਜ਼ਰੂਰ ਲਾਈਕ ਤੇ ਸ਼ੇਅਰ ਕਰਿਓ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਕਿ ਜਿਹੜੇ ਵਰਕ ਪਰਮਿਟ ਆ ਨਿਕਲ ਰਹੇ ਆ ਤੇ ਉਹਦਾ ਇਹ ਆ ਕਿ ਅਰਮਾਨੀਆ ਦੇ ਜਿਹੜੇ ਵਰਕ ਪਰਮਿਟ ਹੁਣ ਵੀ ਨਿਕਲਦੇ ਪਏ ਆ ਮਤਲਬ ਉਹ ਇਸ਼ੂ ਹੋ ਰਹੇ ਆ ਤੇ ਉਹ ਡਿਪੈਂਡ on ਤੁਹਾਡੇ ਏਜੰਟ ਦੇ ਆ ਜਾਂ ਤੁਸੀਂ ਕਿਹੜੀ ਏਜੰਸੀ ਤੋਂ ਅਪਲਾਈ ਕੀਤਾ ਵਾ ਜਾਂ ਕਿੱਦਾਂ ਵੀ ਉਹ ਸਾਰਾ ਕੁਝ ਉੱਤੇ ਡਿਪੈਂਡ ਆ ਉਹਨਾਂ ਤੇ ਕਿਉਂਕਿ ਕਿੰਨਾ ਟਾਈਮ ਲਾਉਂਦੇ ਉਹਨਾਂ ਨੂੰ ਕੋਈ ਕੰਪਨੀ ਮਿਲੀ ਵੀ ਹੈਗੀ ਆ ਕਿਉਂਕਿ ਮੋਸਟਲੀ ਅਰਮਾਨੀਆਂ ਵਾਸਤੇ ਕੋਵਿਡ ਤੋਂ ਪਹਿਲਾਂ ਕੰਪਨੀਆਂ ਜਾਂ ਜਿਹੜੇ ਸੀਗੇ ਮਾਲਕ ਸੀਗੇ ਰੈਸਟੋਰੈਂਟ ਵਗੈਰਾ ਦੇ ਜਾਂ ਕਿੱਦਾਂ ਉਹ ਇੰਟਰਵਿਊ ਲੈਣ ਹੁੰਦੇ ਸੀਗੇ ਇੰਡੀਆ 'ਚ ਪਰ ਹੁਣ ਨਹੀਂ ਆਉਂਦੇ ਹੈਗੇ ਉਹ ਤਾਂ ਨਹੀਂ ਆਉਂਦੇ ਹੈਗੇ ਤਕਰੀਬਨ ਇਹਨਾਂ ਨੂੰ ਪਤਾ ਕਿ ਜੇ ਅਸੀਂ ਬੰਦੇ ਲਿਆਵਾਂਗੇ ਦੋ ਜਾਂ ਤਿੰਨ ਮਿੰਟ ਟਿਕਦੇ ਆ ਉਸ ਤੋਂ ਬਾਅਦ ਬੰਦੇ ਭੱਜ ਜਾਂਦੇ ਆ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਟਾਈ ਅਪ ਕਰ ਲਿਆ ਇੱਥੇ ਏਜੰਸੀਆਂ ਨਾਲ ਜਾਂ ਇੰਡੀਆ ਏਜੰਸੀਆਂ ਨਾਲ ਤੁਸੀਂ ਸਾਨੂੰ ਬੰਦੇ ਦਿਓ ਪਹਿਲੋਂ ਇਹਨਾਂ ਨੂੰ ਪੇ ਕਰਨਾ ਪੈਂਦਾ ਸੀਗਾ ਇਹਨਾਂ ਕੰਪਨੀਆਂ ਨੂੰ ਪੇ ਕਰਨਾ ਪੈਂਦਾ ਸੀਗਾ ਬੰਦਾ ਲੈ ਕੇ ਆਉਣ ਵਾਸਤੇ ਏਜੰਟਾਂ ਨੂੰ ਹੁਣ ਗੇਮ ਉਲਟ ਹੋ ਗਈ ਹੈ ਹੁਣ ਏਜੰਟ ਪੇ ਕਰਦੇ ਇਹਨਾਂ ਨੂੰ ਯਾਨੀ ਪਰ ਬੰਦਾ ਜੇ ਕਿਸੇ ਕੰਪਨੀ ਨੂੰ 10 ਬੰਦੇ ਚਾਹੀਦੇ ਆ ਤੋਂ ਪਰ ਬੰਦੇ ਦੇ ਹਿਸਾਬ ਨਾਲ 1000 ਯੂਰੋ ਜਾਂ 1200 ਯੂਰੋ ਪੇ ਕਰਦੇ ਆ ਉਹ ਏਜੰਟਾਂ ਦੇ ਕਹਿਣਾ ਕਿ ਤੁਸੀਂ ਸਾਨੂੰ ਵਰਕ ਪਰਮਟ ਦਿਓ ਆਪਣੀ ਕੰਪਨੀ ਦਾ ਆਪਣੇ ਰੈਸਟੋਰੈਂਟ ਦਾ ਜਾਂ ਆਪਣੀ ਫੈਕਟਰੀ ਦਾ ਕਢਾ ਕੇ ਅਸੀਂ ਤੁਹਾਨੂੰ ਹਜ਼ਾਰ ਯੂਰੋ ਪੇ ਕਰਾਂਗੇ ਉਸ ਤੋਂ ਬਾਅਦ ਟਿਕਟ ਵੀ ਸਾਡੀ ਹੋਊਗੀ ਬੰਦਾ ਲਿਆ ਕੇ ਦੇਣਾ ਮਤਲਬ ਅਸੀਂ ਤੁਹਾਨੂੰ ਲਿਆ ਕੇ ਦੇਵਾਂਗੇ ਤੇ ਬੰਦੇ ਨੂੰ ਤੁਸੀਂ 2-3 ਮਹੀਨੇ ਰੱਖਣਾ 4 ਮਹੀਨੇ ਰੱਖਣਾ ਉਸ ਤੋਂ ਬਾਅਦ ਜੇ ਤੁਹਾਨੂੰ ਬੰਦਾ ਚੰਗਾ ਲੱਗੂ ਤੇ ਰੱਖਿਓ ਜੇ ਨਹੀਂ ਚੰਗਾ ਲੱਗੂ ਤੇ ਨਾ ਰੱਖਿਓ ਕਿਉਂਕਿ ਮੈਂ ਤੁਹਾਨੂੰ ਫੇਰ ਰਿਪੀਟ ਕਰ ਦਿੰਦਾ ਰਮਾਨੀਆ ਦੇ ਵਿੱਚ ਇਦਾਂ ਦਾ ਕੋਈ ਲਾਅ ਨਹੀਂ ਹੈਗਾ ਕਿ ਤੁਸੀਂ ਉੱਥੇ 2 ਸਾਲ ਦਾ ਐਗਰੀਮੈਂਟ ਕਰਕੇ ਆਏ 3 ਸਾਲ ਦਾ ਕਰਕੇ ਆਏ ਇੱਥੇ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਜਿਹੜਾ ਵੀ ਤੁਹਾਡਾ ਮਾਲਕ ਆ ਉਹ ਚਾਹੇ ਤਾਂ ਤੁਹਾਨੂੰ ਪਹਿਲੇ ਮਹੀਨੇ ਕੱਢ ਦੇ ਉਹ ਚਾਹੇ ਤਾਂ ਤੁਹਾਨੂੰ 6 ਮਹੀਨੇ ਰੱਖ ਲਵੇ ਤਕਰੀਬਨ ਜੇ ਹਰ ਦਿਨ ਜੇ ਇੱਕ ਦਿਨ ਦੇ ਵਿੱਚ ਰਮਾਨੀਆਂ ਦੇ ਵਿੱਚ 20 ਬੰਦੇ ਆਉਂਦੇ ਆ ਨਾ ਉਹਦੇ ਵਿੱਚੋਂ 15 ਤਾਂ ਭੱਜਣ ਵਾਲੇ ਹੁੰਦੇ ਆ ਪੰਜ ਬੰਦੇ ਆ ਜਿਹੜੇ ਕਰਦੇ ਗੁਰਦਾ ਚੱਕ ਕੇ ਆਉਂਦੇ ਹੁੰਦੇ ਆ ਉਹਨਾਂ ਦਾ ਇਹ ਕਹਿਣਾ ਹੁੰਦਾ ਕਿ ਆਪਾਂ 6 ਮਹੀਨੇ ਜਾਂ ਸਾਲ ਤੋਂ ਬਾਅਦ ਜਾਵਾਂਗੇ ਭੱਜਣਾ ਉਹਨਾਂ ਨੇ ਵੀ ਆ ਵੀ ਅਸੀਂ 6 ਮਹੀਨੇ ਸਾਲ ਰੋਕੇ ਭੱਜਾਂਗੇ ਪਹਿਲਾਂ ਪੈਸੇ ਪੂਰੇ ਕਰ ਲਈਏ ਤੁਹਾਨੂੰ ਸਿੱਧੀ ਮੈਂ ਮੋਟੀ ਗੱਲ ਦੱਸਾਂ ਹਾਂ ਜੇ ਕਿਸੇ ਨੂੰ ਚੰਗੀ ਕੰਪਨੀ ਮਿਲ ਗਈ ਜਾਂ ਕਿਸੇ ਦਾ ਕਿਸੇ ਦੀ ਸੋਚ ਇਦਾਂ ਦੀ ਹੋਈ ਕਿ ਜਿੰਨੇ ਪੈਸੇ ਪੁਰਤਗਾਲ ਚ ਬਣ ਰਹੇ ਆ ਜਿੰਨੇ ਪੈਸੇ ਇਟਲੀ ਚ ਬਣ ਰਹੇ ਆ ਜਿੰਨੇ ਪੈਸੇ ਜਰਮਨ ਚ ਬਣ ਰਹੇ ਆ ਇੱਕ ਨਵੇਂ ਬੰਦੇ ਦੀ ਡੌਂਕੀ ਲੋਕੇ ਲਾ ਕੇ ਗਏ ਬੰਦੇ ਦੀ ਕਿ ਉਹਨੇ ਮੇਰੇ ਇੱਥੇ ਬਣਦੇ ਪਏ ਆ ਜਾਂ ਉੱਥੋਂ ਤੱਕ ਮੈਂ ਪਹੁੰਚ ਰਿਹਾ ਮਾਂ ਤੇ ਉਹ ਬੰਦਾ ਨਹੀਂ ਜਾਊਗਾ ਜਾਂ ਕੋਈ ਬੰਦਾ ਇਦਾਂ ਦਾ ਸੋਚ ਲੈਂਦਾ ਕਿ ਯਾਰ ਮਗਰ ਮੇਰੀ ਫੈਮਲੀ ਆ ਮੈਨੂੰ ਗੇੜਾ ਮਾਰਨਾ ਪੈਣਾ ਵਾ ਜਾਂ ਉਹਦਾ ਸਾਰਾ ਕੁਝ ਸੈੱਟ ਆ ਤੇ ਉਹੀ ਬੰਦਾ ਸੋਚਦਾ ਕਿ ਹਾਂ ਮੈਂ ਪਰ ਰੁਕ ਜਾਂਦਾ ਇੱਥੇ ਵੀ ਚਾਰ ਪੈਸੇ ਬਣਦੇ ਵਾ ਬਣਾ ਲਈਏ ਜਦੋਂ پیسے ਨਹੀਂ ਬਣਨਗੇ ਉਦੋਂ ਸੋਚ ਲਾਂਗੇ ਸੋ ਇਦਾਂ ਦੀਆਂ ਚੀਜ਼ਾਂ ਤੇ ਇੱਥੇ ਕੰਪਨੀਆਂ ਡੇਢ ਮਹੀਨੇ ਦਾ ਅਲਟੀਮੇਟ ਦੇ ਕੇ ਤੁਹਾਨੂੰ ਕਦੇ ਵੀ ਕੱਢ ਸਕਦੀਆਂ ਮਾਲਕ ਤੁਹਾਨੂੰ ਕਹਿ ਸਕਦਾ ਮੰਨ ਲਓ ਇੱਕ ਤਰੀਕ ਨੂੰ ਤੁਹਾਨੂੰ ਕਹਿ ਦੂਗਾ ਕਿ ਮੇਰੇ ਕੋਲ ਕੰਮ ਹੈ ਨਹੀਂ ਆ ਆਪਣਾ ਇੰਤਜ਼ਾਮ ਕਰ ਲਓ ਤੇ ਉਹ ਡੇਢ ਮਹੀਨੇ ਦਾ ਟਾਈਮ ਦੇ ਦਿੰਦਾ ਤੇ ਉਹ ਬਾਅਦ ਵਿੱਚ ਤੁਸੀਂ ਆਪਣਾ ਇੰਤਜ਼ਾਮ ਆਪ ਕਰਨਾ ਹੁੰਦਾ ਇਦਾਂ ਹੀ ਬੰਦਾ ਜੇ ਤੁਹਾਨੂੰ ਕੰਪਨੀ ਨਹੀਂ ਚੰਗੀ ਲੱਗਦੀ ਤੁਸੀਂ ਮਾਲਕ ਆਪਣੇ ਨੂੰ ਕਹਿ ਸਕਦੇ ਆ ਕਿ ਮੈਨੂੰ ਕੰਪਨੀ ਨਹੀਂ ਚੰਗੀ ਲੱਗਦੀ ਮੈਂ ਰਜ਼ਾਇਨ ਤੇ ਰਿਹਾ ਵਾਂ ਮੈਂ ਜਾ ਰਿਹਾ ਆਪਣੀ ਛੱਡ ਕੇ ਕੋਈ ਇਸ਼ੂ ਨਹੀਂ ਹੈਗਾ ਕੋਈ ਪ੍ਰੋਬਲਮ ਨਹੀਂ ਹੈਗਾ ਇਹ ਚੀਜ਼ਾਂ ਸਾਰੀਆਂ ਦੇਖਦੇ ਹੋਏ ਬਹੁਤੀਆਂ ਕੰਪਨੀਆਂ ਨੂੰ ਇਹ ਸੀ ਕਿ ਅਸੀਂ ਪੈਸੇ ਲਾ ਕੇ ਬੰਦਾ ਲੈ ਕੇ ਆ ਰਹੇ ਹਾਂ ਅਸੀਂ ਆਪਣੇ ਵਰਕ ਪਰਮਿਟ ਤੇ ਲੈ ਕੇ ਆ ਰਹੇ ਹਾਂ ਬੰਦਾ ਭੱਜ ਰਿਹਾ ਪਾ ਕੰਪਨੀ ਦੀ ਇਮੇਜ ਖਰਾਬ ਹੋ ਰਹੀ ਹੈ ਕੰਪਨੀ ਦੀ ਇਮੇਜ ਮਤਲਬ ਇਮੀਗ੍ਰੇਸ਼ਨ ਆ ਕੇ ਪ੍ਰੋਬਲਮ ਕਰਦੀ ਹੈ ਇਸ ਕਰਕੇ ਇਹਨਾਂ ਨੇ ਕੀ ਕੀਤਾ ਕਿ ਬੰਦੇ ਜਿਹੜੇ ਆ ਹਾਇਰ ਕਰਨੇ ਸ਼ੁਰੂ ਕਰਤੇ ਤੇ ਇਧਰੋਂ ਹੀ ਕਿਉਂਕਿ ਬਹੁਤ ਬੰਦੇ ਆਏ ਆ ਪੰਜਾਬੀ ਇੰਡੀਅਨ ਸਪੈਸ਼ਲੀ ਪੰਜਾਬੀ ਤੇ ਹੁਣ ਪੰਜਾਬੀਆਂ ਦੇ ਥੋੜੇ ਜਿਹਾ ਵਰਕ ਪਰਮਰ ਘੱਟ ਆ ਰਹੇ ਆ ਘੱਟ ਲੈ ਰੀਆਂ ਕੰਪਨੀ ਜ਼ਿਆਦਾ ਸ਼੍ਰੀਲੰਕਾ ਨੂੰ ਮੂਵ ਹੋਏ ਆ ਨੇਪਾਲ ਨੂੰ ਮੂਵ ਹੋਏ ਆ ਬੰਗਲਾਦੇਸ਼ ਦੀ ਬਹੁਤ ਬੰਦੇ ਆ ਰਹੇ ਇੱਥੇ ਸੋਈ ਚੀਜ਼ ਆ ਕਿਉਂਕਿ ਉਹਨਾਂ ਦੇ ਪੈਸੇ ਵੱਧ ਬਣਦੇ ਆ ਤੇ ਉਹ ਸੈਟੀਸਫਾਈਡ ਮਤਲਬ ਆਪਣੇ ਕੰਟਰੀ ਦਾ 50000 ਜਾਂ 60000 ਵਿੱਚ ਤੇ ਇੰਡੀਅਨ ਜਿਹੜੇ ਪੰਜਾਬੀ ਆ ਇਹ 50 60000 ਨੂੰ ਕੁਝ ਨਹੀਂ ਸਮਝਦੇ ਕਿ 50 60000 ਕੁਝ ਨਹੀਂ ਹੈਗਾ ਜੇ ਅਸੀਂ ਬਾਹਰ ਆਏ ਘੱਟੋ ਘੱਟ ਲੱਖ ਡੇਢ ਲੱਖ ਬਣਨਾ ਚਾਹੀਦਾ ਉਹ ਵੀ ਇਦਾਂ ਦੇ ਕੰਟਰੀ ਦੇ ਵਿੱਚ ਰਮਾਨੀਆ ਰਗੇ ਤੇ ਉਹੀ ਜਦੋਂ ਡੌਂਕੀ ਲਾ ਕੇ ਅੱਗੇ ਜਾਂਦੇ ਆ ਪੁਰਤਗਾਲ ਦੇ ਵਿੱਚ ਉੱਥੇ ਜਦੋਂ 350 400 ਬਾਈ ਦਾ ਫਿਰ ਪਛਤਾਉਂਦੇ ਆ ਸੋ ਇਦਾਂ ਦੀ ਚੀਜ਼ਾਂ ਬਾਕੀ ਹੁਣ ਮੈਂ ਤੁਹਾਨੂੰ ਦੱਸ ਦਿੰਨਾ ਕਿੰਨੀ ਫੀਸ ਜਿਹੜੀ ਆ ਅੰਬੈਸੀ ਦੀ ਲੱਗਦੀ ਆ ਅੰਬੈਸੀ ਦੀ ਫੀਸ 8200 ਆ ਜਿਹੜੀ ਅੰਬੈਸੀ ਦੀ ਲੱਗਦੀ ਆ ਏਜੰਟ ਤੁਹਾਡੇ ਕੋਲ 3 ਲੱਖ ਲੈ ਲੈ 4 ਲੱਖ ਲੈ ਲੈ ਉਹ ਤੁਹਾਡੀ ਟੈਂਸ਼ਨ ਆ ਮੋਸਟਲੀ ਜਿਹੜਾ ਇੱਕ ਐਵਰੇਜ ਜਿਹੜੀ ਜਿਹੜੀ ਫੀਸ ਚੱਲਦੀ ਆ ਉਹ ਚੱਲਦੀ ਪਈ ਆ ਕੋਈ 2.5 ਤੋਂ 3 ਲੱਖ ਦੇ ਵਿੱਚ ਵਿੱਚ ਹੀ ਇੰਨੇ ਕੀ ਪੈਸੇ ਲੈਂਦੇ ਆ ਕੋਈ 3.5 ਲੈ ਕੇ ਕਰਾ ਰਿਹਾ ਕੰਮ ਕੋਈ ਜਿਆਦਾ ਲੈ ਕੇ ਕਰਾ ਰਿਹਾ ਵਾ ਤੇ ਉਹ ਏਜੰਟਾਂ ਦੀ ਜਾਂ ਤੁਹਾਡੀ ਆਪ ਦੀ ਹਨਾ ਬੌਂਡਿੰਗ ਤੇ ਕੁੜੀਆਂ ਦੀ ਕੁੜੀਆਂ ਦੀ ਵੀ ਅਸੀਂ ਇਹੀ ਪੈਸੇ ਚੱਲਦੇ ਆ ਤਨਖਾਹ ਕੁੜੀਆਂ ਦੀ ਮੁੰਡਿਆਂ ਨਾਲੋਂ ਘੱਟ ਲੱਗਦੀ ਆ 550 500 ਇੰਨੀ ਕੁ ਮੁੰਡਿਆਂ ਦੀ ਜਿਹੜੀ ਬੇਸਿਕ ਤਨਖਾਹ ਆ ਜੇ ਤੁਸੀਂ ਇੱਕ ਟ੍ਰੇਡਮੈਨ ਸਟੀਲ ਫਿਕਸਰ ਕੰਟਰੈਕਸ਼ਨ ਦਾ ਕੋਈ ਵੀ ਕੰਮ ਉਸ ਤੋਂ ਬਾਅਦ ਹੋਟਲ ਦਾ ਕੋਈ ਚੰਗਾ ਕੰਮ ਜਾਣਦੇ ਹੋ ਕੋਈ ਵਧੀਆ ਹਨਾ ਤੇ ਤੁਹਾਡੇ ਕੋਲ ਕੋਈ ਸਕਿੱਲ ਆ ਤੁਹਾਡੀ 600 ਤੋਂ 650 ਦੇ ਵਿੱਚ ਲੱਗੂਗੀ ਇੱਥੇ ਆ ਕੇ ਵਾਜੇ ਉਹ ਵੱਖਰੀ ਗੱਲ ਆ ਬਟ ਇੰਡੀਆ ਤੋਂ 600 ਡਾਲਰ ਲੱਗਦੀ ਆ ਤੇ 600 ਡਾਲਰ ਦਾ 50 ਹਜ਼ਾਰ ਬੜੇ ਆਰਾਮ ਨਾਲ ਵੰਡ ਰਿਹਾ ਇੱਥੇ ਤੇ ਜੇ ਤੁਹਾਡਾ ਓਵਰ ਟਾਈਮ ਨਾਲ ਲੱਗੇ ਓਵਰ ਟਾਈਮ ਦਾ ਇਹਨਾਂ ਕੰਟਰੀਆਂ ਵਿੱਚ ਕੋਈ ਪੱਕਾ ਨਹੀਂ ਹੈਗਾ ਏਜੰਟ ਐਗਰੀਮੈਂਟ ਬਣਾ ਦਿੰਦੇ ਆ ਕਿ ਓਵਰਟਾਈਮ 2 ਘੰਟੇ ਓਵਰਟਾਈਮ ਆ 3 ਘੰਟੇ ਓਵਰਟਾਈਮ ਆ 2 ਸਾਲ ਦਾ ਐਗਰੀਮੈਂਟ ਕੋਈ ਵੀ ਇਦਾਂ ਦੀ ਨਹੀਂ ਚੱਕਰ ਹੈਗਾ ਇੱਥੇ ਓਵਰਟਾਈਮ ਦੀ ਬਿਲਕੁਲ ਗਰੰਟੀ ਨਹੀਂ ਹੈਗੀ ਕਿ ਬੇਸਿਕੀ ਮਿਲਣੀ ਹੈ ਕਿਉਂਕਿ ਇਹਨਾਂ ਦੇ ਇਹਨਾਂ ਕੰਟਰੀਆਂ ਦੇ ਵਿੱਚ 8 ਤੋਂ 9 ਘੰਟੇ ਤੁਹਾਡੇ ਕੋਲ ਡਿਊਟੀ ਲੈਣੀ ਹੈ ਜਿਹੜੀ ਐਗਰੀਮੈਂਟ 'ਚ ਹੋਈ ਆ ਤੇ ਬਾਕੀ ਇੱਕ ਗੱਲ ਹੋਰ ਜੇ ਤੁਸੀਂ ਕਹਿੰਦੇ ਕਿ ਸਾਡੇ ਤੋਂ 2 ਸਾਲ ਦਾ ਵਰਕ ਪਰਮਿਟ 2 ਸਾਲ ਦਾ ਐਗਰੀਮੈਂਟ ਕਰਕੇ ਆਇਆ ਤਿੰਨ ਦਾ ਕਰਕੇ ਆਇਆ ਉਹਦਾ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਚਾਹ ਇਹ ਮਾਲਕ ਤੇ ਕੰਪਨੀ ਦੇ ਡਿਪੈਂਡ ਆ ਤੁਹਾਡਾ ਐਗਰੀਮੈਂਟ ਇੱਥੇ ਆ ਕੇ ਕੋਈ ਉਹਦੀ ਕੋਈ ਵੈਲਿਊ ਨਹੀਂ ਹੈਗੀ ਜਿਹੜਾ ਐਗਰੀਮੈਂਟ ਹੋਇਆ ਨਾ ਉਹ ਏਜੰਟਾਂ ਨੇ ਛਾਪੇ ਆ ਠੀਕ ਆ ਜਿਹੜਾ ਜੌਬ ਆਫਰ ਲੈਟਰ ਉਹੀ ਕੰਪਨੀ ਭੇਜਦੀ ਆ ਤੇ ਉਹਦੇ ਵਿੱਚ ਇਵਨ ਬਹੁਤਿਆਂ ਦੇ ਵਿੱਚ ਜਿਹੜਾ ਮੈਂਸ਼ਨ ਕੀਤਾ ਹੁੰਦਾ ਕਿ 2 ਸਾਲ ਦਾ ਐਗਰੀਮੈਂਟ ਆ 3 ਸਾਲ ਦਾ ਐਗਰੀਮੈਂਟ ਉਹ ਇਹ ਆਪ ਕਹਿ ਕੇ ਕਰਾਉਂਦੇ ਆ ਕੰਪਨੀ ਨੂੰ ਜਿਹੜਾ ਵੀ ਦਿੱਲੀ ਦੇ ਵਿੱਚ ਮੇਨ ਬੰਦਾ ਵਾ ਜਿੰਨੇ ਡੀਲ ਕੀਤੀ ਆ ਜਾਂ ਇੱਥੇ ਕੋਈ ਏਜੰਸੀ ਆ ਠੀਕ ਆ ਤੇ ਉਹਨੇ ਕੀਤਾ ਹੁੰਦਾ ਬਾਕੀ ਇੱਥੇ ਜਿਹੜੇ ਲਾ ਉਹ ਨਾਰਮਲ ਆ ਜੇ ਬੰਦਾ ਨਹੀਂ ਚੰਗਾ ਕੰਪਨੀ ਕੱਢ ਸਕਦੀ ਆ ਕੰਪਨੀ ਨਹੀਂ ਚੰਗਾ ਬੰਦਾਸ਼ ਕੰਪਨੀ ਛੱਡ ਸਕਦਾ ਵਾ ਸੋ ਇਥੇ ਸਿੰਪਲ ਸਟੈਪ ਆ ਕੋਈ ਇਥੇ ਵੱਡੀ ਪ੍ਰੋਬਲਮ ਨਹੀਂ ਹੈਗੀ ਉਸ ਤੋਂ ਬਾਅਦ ਇਹ ਹੋ ਗਈ ਏਜੰਟਾਂ ਦੀ ਫੀਸ ਹਾਂ ਹੁਣ ਸ਼ੰਗਨ ਦਾ ਰੋਲਾ ਪਿਆ ਵਾ ਹੁਣ ਹੋ ਸਕਦਾ 4 4.5 ਲੱਖ ਹੋ ਗਿਆ ਹੋਵੇ ਤੇ ਉਹ ਹੋ ਜਾਣਾ ਡਿਸੰਬਰ ਡਿਸੰਬਰ ਤੋਂ ਤੱਕ ਹੋ ਜਾਣਾ ਵਾ ਤੇ ਜੀ ਤੇ ਸ਼ੰਗਨ ਚ ਆ ਜਾਂਦਾ ਤੇ 4 4.5 ਕੀ 6 7 ਲੱਖ ਤੇ 8 ਲੱਖ ਤੇ ਗੇਮ ਪਹੁੰਚ ਜਾਣੀ ਆ ਜੇ ਨਾ ਹੋਇਆ ਤਾਂ ਫਿਰ ਉਹੀ ਚਾਰਕਤੇ ਰਹੂਗਾ ਜਿੱਦਾਂ ਕਰੋਸ਼ੀਆ ਦਾ ਪਹਿਲਾ ਰੋਲਾ ਪਿਆ ਸੀ ਉਸ ਤੋਂ ਬਾਅਦ ਹੁਣ 4.5 ਲੱਖ ਰੁਪਈਆ ਕਰੋਸ਼ੀਆ ਦਾ ਲੱਗਦਾ ਪਿਆ। ਯਾਨੀ ਇੰਨਾ ਕੁ ਰੇਟ ਆ 4 ਤੋਂ 4.5 ਦੇ ਵਿੱਚ ਕਰੋਸ਼ੀਆ ਦਾ ਵੀਜ਼ਾ ਲੱਗਦਾ ਪਿਆ। ਤੇ ਸੇਮ ਮਿਹਰਬਾਨੀਆਂ ਵਾਂਗੂ ਹੋਊਗਾ, ਬਲਗਾਰੀਆ ਵਾਂਗੂ ਹੋਊਗਾ। ਠੀਕ ਆ। ਉੱਥੋਂ ਵੀ ੱਟਕੇ ਖਾ ਕੇ ਅੱਗੇ ਜਾਣਾ ਵਾ, ੱਟਕੇ ਖਾ ਕੇ ਇੱਥੋਂ ਜਾਣਾ ਵਾ। ਮਤਲਬ ਜਿਹਨੂੰ ਕਹਿੰਦੇ ਆ ਕਿ ਜਿਹਨੂੰ ਡੋਂਕਰ ਕਹਿੰਦੇ ਹੁੰਦੇ ਆ ਛੇਤਰਾਂ ਵਾਲੀ ਗੇਮ। ਠੀਕ ਆ। ਵੀ ਛੇਤਰ ਖਾ ਕੇ ਅੱਗੇ ਜਾਣਾ। ਇੱਥੋਂ ਵੀ ਓਦਾਂ ਉੱਥੇ ਵੀ ਓਦਾਂ। ਜਿਹੜੇ ਗਏ ਕੀ ਕਟ ਪੈਂਦੀ ਆ ਕੀ ਨਹੀਂ ਤੁਸੀਂ ਲੱਖ ਕਈ ਜਾਓ ਕਿ ਨਹੀਂ ਸਾਨੂੰ ਐ ਹੋ ਗਿਆ ਸਾਨੂੰ ਜੋ ਹੋ ਗਿਆ ਸਾਰਿਆਂ ਨੂੰ ਪਤਾ ਵਾ ਇੱਥੇ ਕੀ ਹੁੰਦਾ ਵਾ ਸਪੈਸ਼ਲੀ ਸਰਬੀਆ ਤੋਂ ਇਹਨਾਂ ਕੰਟਰੀਆਂ ਤੋਂ ਜਿਹੜੋਂ ਕੀ ਲਾਉਂਦੇ ਆ ਤੇ ਇਹ ਹੋ ਗਿਆ ਇਸ ਤੋਂ ਬਾਅਦ ਚ ਕੰਮ ਇੱਥੇ ਤਕਰੀਬਨ ਸਾਰੇ ਹੈਗੇ ਆ ਜਿੰਨੇ ਵੀ ਕੰਮ ਆ ਕੰਟਰੈਕਸ਼ਨ ਲਾਈਨਰ ਰਿਲੇਟਡ ਫਿਰ ਹੋਟਲ ਨਾਲ ਰਿਲੇਟਡ ਇਹ ਆ ਵੀ ਥੋੜਾ ਜਿਹਾ ਸਟਾਈਲ ਵੱਖਰਾ ਹੋ ਸਕਦਾ ਜਿਹੜੇ ਜਿਨ੍ਹਾਂ ਅਰਬ ਵਿੱਚ ਕੰਮ ਕੀਤਾ ਵਾ ਅਰਬ ਕੰਟਰੀਆਂ ਚ ਉਹਨਾਂ ਦਾ ਸਟਾਈਲ ਹੋਰ ਆ ਇੱਥੇ ਥੋੜਾ ਜਿਹਾ ਸਟਾਈਲ ਚੇਂਜ ਹੋ ਸਕਦਾ ਵਾ ਕੰਮ ਉਹੀ ਆ ਸਟੀਲ ਦਾ ਕੰਮ ਵੀ ਉਹੀ ਆ ਕਾਰਪੇਂਟਰ ਦਾ ਵੀ ਉਹੀ ਆ ਇਤਬਾਜ ਪੇਂਟਰ ਦਾ ਵੀ ਉਹੀ ਆ ਮੈਸਨ ਦਾ ਵੀ ਉਹੀ ਆ ਥੋੜਾ ਜਿਹਾ ਕੰਮ ਦੇ ਵਿੱਚ ਚੇਂजेस ਹੋ ਸਕਦੀ ਆ ਥੋੜਾ ਜਿਹਾ ਤੁਹਾਨੂੰ ਉੱਥੇ ਤਬੂਕ ਸੀਗੇ ਇੱਥੇ ਬਲੌਕ ਮਤਲਬ ਹੋਰ ਹਿਸਾਬ ਦੇ ਹੋਣਗੇ ਤਬੂਕ ਵੀ ਹੁੰਦੇ ਆ ਇੱਥੇ ਸੋ ਸਟੀਲ ਆ ਇੱਥੇ ਅੱਧਾ ਮਤਲਬ ਰੈਡੀਮੇਡ ਮਿਲਦਾ ਵਾ ਅੱਦਾਂ ਬਣਾ ਬਣਾਉਣਾ ਪੈਂਦਾ ਵਾ ਉੱਥੇ ਹੋਰ ਸਿਸਟਮ ਸੋ ਇਦਾਂ ਦੀ ਚੀਜ਼ਾਂ ਆ ਕੋਈ ਜ਼ਿਆਦਾ ਕੋਈ ਫਰਕ ਨਹੀਂ ਹੈਗਾ ਇਹਨਾਂ ਕੰਮਾਂ ਦੇ ਵਿੱਚ ਤੇ ਇਹ ਹੋ ਗਿਆ ਬਾਕੀ ਕੰਟਰੀ ਕੰਟਰੀ ਜਿੱਦਾਂ ਆਪਣੇ ਕਹਾਵਤ ਆ ਕਿ ਠੰਡੇ ਮੁਲਕ ਚ ਜਾਣਾ ਇਹ ਸੱਚੀ ਠੰਡਾ ਮੁਲਕ ਆ ਠੰਡ ਪੈਂਦੀ ਐ ਇੱਥੇ ਗਰਮੀ ਦੋ ਤਿੰਨ ਮਹੀਨੇ ਹੀ ਪੈਂਦੀ ਆ ਰਮਾਨੀਆ ਦੇ ਵਿੱਚ ਵੈਦਰ ਬਹੁਤ ਸੋਹਣਾ ਵਾ ਠੀਕ ਆ ਲੋਕ ਵਧੀਆ ਵਾ ਤੇ ਜਿੱਦਾਂ ਇੰਡੀਆ ਵਾਲੇ ਜਿਆਦਾ ਮੂਵ ਕਰਦੇ ਆ ਬਾਹਰ ਨੂੰ ਫੋਰਨ ਨੂੰ ਕਿਸੇ ਵੀ ਕੰਟਰੀ ਜਿੱਥੇ ਉਹਨਾਂ ਨੂੰ ਚੰਗੇ ਪੈਸੇ ਚੰਗੀ ਲਾਈਫ ਸਟਾਈਲ ਆ ਉਦਾਂ ਹੀ ਰਮਾਨੀਆ ਵਾਲੇ ਵੀ ਮੂਵ ਕਰਦੇ ਆ ਖਾਸ ਕਰਕੇ ਹੋਰ ਕੰਟਰੀਆਂ ਨੂੰ ਕਿਉਂਕਿ ਇੱਥੇ ਵੀ ਇਹਨਾਂ ਦੀ ਜਿਹੜੀ ਤਨਖਾਹ ਆ ਉਹ ਬਹੁਤ ਹੀ ਜ਼ਿਆਦੀ ਨਹੀਂ ਹੈਗੀ ਜਿਹੜੇ ਐਜੂਕੇਟਿਡ ਆ ਜਾਂ ਇੰਜੀਨੀਅਰ ਆ ਡਾਕਟਰ ਆ ਇਹ ਜਿਆਦਾ ਚੈਨ ਗੰਡੂਲ ਦੇ ਵਿੱਚ ਮੂਵ ਕਰਦੇ ਵਧੀਆ ਪੈਸੇ ਮਿਲਦੇ ਸੋ ਇਦਾਂ ਦੀ ਚੀਜ਼ਾਂ ਵਾ ਬਾਕੀ ਫਲਾਈਟਾਂ ਵਗੈਰਾ ਚੱਲਦੀਆਂ ਪਈਆਂ ਤੇ ਨਾਰਮਲੀ ਮੈਂ ਵੀਡੀਓ ਬਣਾਈ ਸੀਗੀ ਫਲਾਈਟਾਂ ਦਾ ਕੋਈ ਇਸ਼ੂ ਨਹੀਂ ਹੈਗਾ ਤੇ ਵਰਕ ਪਰਮਿਟ ਜਿਹੜਾ ਵਾ ਜੇ ਕੰਪਨੀ ਦਾ ਜਿਹੜਾ ਜੋਬ ਆਫਰ ਲੈਟਰ ਹੈ ਜੋਬ ਆਫਰ ਲੈਟਰ ਹਫਤੇ ਦੇ ਵਿੱਚ ਵਿੱਚ ਆ ਜਾਂਦਾ ਇੱਕ ਚੰਗੀ ਕੰਪਨੀ ਹੋ ਜਿਹਨੂੰ ਵਾਕਿਆ ਬੰਦੇ ਚਾਹੀਦੇ ਹੋਣਗੇ ਜਾਂ ਤੁਹਾਡਾ ਏਜੰਟ ਜਾਂ ਜਿਹੜੀ ਏਜੰਸੀ ਪ੍ਰੈਸ਼ਰ ਪਾਵੇ ਤਹਾਫ ਤਿਆਂ 10 ਦਿਨ ਦੇ ਵਿੱਚ ਤੁਹਾਡਾ ਜੌਬ ਆਫਰ ਲੈਟਰ ਮਿਲ ਜਾਂਦਾ ਉਤੋਂ ਬਾਅਦ ਤੁਸੀਂ ਸਾਈਨ ਕਰਨੇ ਆ ਸਾਈਨ ਕਰਕੇ ਵਾਪਸ ਦੇਣਾ ਜੇ ਤੁਸੀਂ ਸਾਈਨ ਨਹੀਂ ਕਰਦੇ ਤੁਹਾਡਾ ਏਜੰਟੀ ਸਾਰਾ ਕਾਲਾ-ਵਾਲਾ ਕਰ ਦਿੰਦਾ ਉਤੋਂ ਬਾਅਦ ਉਹ ਵਰਕ ਪਰਮਿਟ ਅਪਲਾਈ ਕਰ ਦਿੰਦੇ ਕਈਆਂ ਨੂੰ ਜੌਬ ਆਫਰ ਲੈਟਰ ਨਹੀਂ ਮਿਲਦਾ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਕੰਪਨੀਆਂ ਨੇ ਸਾਰਾ ਸੈੱਟ ਕੀਤਾ ਹੁੰਦਾ ਵਾ ਦੁਨੀਆ 'ਚ ਕੋਈ ਚੀਜ਼ ਨਹੀਂ ਜਿਹੜੀ ਨਹੀਂ ਹੋ ਸਕਦੀ ਠੀਕ ਹੈ ਟਰਾਈ ਕਰੋ ਤੇ ਟਰਾਈ ਕਰਨ ਤੇ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਜਿਹੜਾ ਤੁਹਾਡਾ ਮੂੰਕਾ ਪੇਪਰ ਨਿਕਲਦਾ ਵਰਕ ਪਰਮਿਟ ਉਹਦਾ ਟਾਈਮ 90 ਦਿਨ ਦਾ ਹੁੰਦਾ 90 ਦਿਨ ਦੇ ਵਿੱਚ ਤੁਹਾਨੂੰ ਦੱਸ ਦਿੰਦਾ ਜੇ ਮਿਲ ਜੇ 1 ਮਹੀਨੇ ਚ ਮਿਲ ਜੇ 2 ਮਹੀਨੇ ਚ ਮਿਲ ਜੇ 3 ਮਹੀਨੇ ਚ ਮਿਲਦੇ ਇਸ ਸਿਟੀ ਦੇ ਡਿਪੈਂਡ ਆ ਕਿਹੜੀ ਸਿਟੀ ਚ ਜ਼ਿਆਦਾ ਰਸ਼ ਹੈ ਕਿਹੜੀ ਸਿਟੀ ਚ ਘੱਟ ਹੁਣ ਬੁਕਾਰੇਸਟ ਵਰਗੀ ਵਰਕਿੰਗ ਸਿਟੀ ਦੇ ਵਿੱਚ ਤਕਰੀਬਨ 3 ਮਹੀਨੇ ਲੱਗਦੇ ਆ ਜੇ ਕਿਸੇ ਕੋਈ ਹੋਰ ਸਿਟੀ ਆ ਜਿੱਥੇ ਇਮੀਗ੍ਰੇਸ਼ਨ ਦੇ ਵਿੱਚ ਜ਼ਿਆਦਾ ਲੋਕ ਜ਼ਿਆਦਾ ਨਹੀਂ ਆ ਰਹੇ ਮਤਲਬ ਨੋ ਨਹੀਂ ਜਿਹੜੇ ਲੋਕ ਆ ਉਸ ਸਿਟੀਜ਼ ਜ਼ਿਆਦਾ ਨਹੀਂ ਹੈਗੇ ਤਾਂ ਉਸ ਤੋਂ ਜਲਦੀ ਨਿਕਲ ਆਉਂਗਾ ਤਕਰੀਬਨ ਮੈਕਸਿਮਮ 90 ਦਿਨ ਦਾ ਟਾਈਮ ਆ ਉਹਦੇ ਵਿੱਚ ਵਿੱਚ ਨਿਕਲ ਜਾਂਦਾ ਹੁੰਦਾ ਉਸ ਤੋਂ ਬਾਅਦ ਵਰਕ ਪਰਮਿਟ ਜਾਂਦਾ ਵਾ ਇੰਡੀਆ ਤੁਹਾਡੇ ਏਜੰਟ ਦੇ ਕੋਲ ਹੱਥ ਆਉਂਦਾ ਵਾ ਉਹ अपॉइंटमेंट ਚੱਕਦਾ ਵਾ ਅੰਬੈਸੀ ਦੀ ਇੰਡੀਆ ਅੰਬੈਸੀ ਦੀ ਉਹ ਬਾਂਡਮੈਂਟ ਤੁਹਾਨੂੰ 2 ਮਹੀਨੇ ਦੀ ਮਿਲੇ 3 ਮਹੀਨੇ ਦੀ ਮਿਲੇ ਜਦੋਂ ਦੀ ਮਿਲਦੀ ਆ ਉਤ ਤੋਂ ਬਾਅਦ ਜਮਾ ਕਰਾਉਣੇ ਹੁੰਦੇ ਆ ਠੀਕ ਆ ਜਮਾ ਕਰਾਉਣ ਤੋਂ ਬਾਅਦ ਜਦੋਂ ਤੁਹਾਡਾ ਵਰਕ ਪਰਮਿਟ ਪਾਸਪੋਰਟ ਸਾਰੇ ਪ੍ਰੂਫ ਜਿਹੜੇ ਲਾ ਕੇ ਡਾਕੂਮੈਂਟ ਲਾ ਕੇ ਅੰਬੈਸੀ ਵਿੱਚ ਜਮਾ ਕਰ ਦਿੱਤੇ ਵਿਦਨ ਇੱਕ ਵੀਕ ਦੇ ਵਿੱਚ ਤੁਹਾਡਾ ਜਿਹੜਾ ਵਾ ਵੀਜ਼ਾ ਲਾ ਕੇ ਆ ਜਾਂਦਾ ਵਾ ਇਹ ਇਹ ਪ੍ਰੋਸੈਸ ਆ ਸੇਮ ਆਦਾ ਡਾ ਏਜੰਟ ਕਹਿ ਰਿਹਾ ਕਿ ਮੈਂ ਪਾਸਪੋਰਟ ਜਮ੍ਹਾਂ ਕਰਾਇਆ ਹੋਆ ਤਿੰਨ ਮਹੀਨੇ ਹੋ ਗਏ ਜਮ੍ਹਾਂ ਕੀਤੇ ਨੂੰ ਪਾਸਪੋਰਟ ਮੇਰਾ ਪਾਸਪੋਰਟ ਨੀ ਐਮਬੈਸੀ ਨੇ ਦਿੱਤਾ ਇਦਾਂ ਨਹੀਂ ਹੁੰਦਾ ਐਮਬੈਸੀ ਨੇ ਪਾਸਪੋਰਟ ਨਹੀਂ ਸਾਹਮਣੇ ਰੱਖ ਸਕਦੀ ਐਮਬੈਸੀ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੋ ਜਦੋਂ ਸਾਡੀ ਜਦੋਂ ਅਸੀਂ ਆਏ ਹਾਂ ਦੋ ਜਾਂ ਤਿੰਨ ਮਤਲਬ ਅੱਜ ਸਾਡੀ ਸੋਮਵਾਰ ਸਾਡੀ ਇੰਟਰਵਿਊ ਹੋਈ ਬੁੱਧਵਾਰ ਸ਼ਾਮ ਨੂੰ 3 ਵਜੇ ਸਾਨੂੰ ਪਾਸਪੋਰਟ ਮਿਲ ਗਿਆ ਸਾਡਾ ਮਤਲਬ ਸੋਮਵਾਰ ਹੋਈ ਮੰਗਲ ਤੇ ਬੁੱਧ ਹੁਣ ਜਿਆਦਾ ਰਸ਼ ਹੋਣ ਕਰਕੇ ਤੁਸੀਂ 1 ਵੀਕ ਲਾ ਲਓ 10 ਦਿਨ ਲਾ ਲਓ ਇਹ ਤੋਂ ਉੱਪਰ ਨਹੀਂ ਹੁੰਦਾ ਕਿਉਂਕਿ ਐਮਬੈਸੀ ਇੰਨੇ ਪਾਸਪੋਰਟ ਨਹੀਂ ਸਾਮ ਸਕਦੀ ਅਪ੍ਰੈਲ ਮਈ ਦੇ ਸ਼ਾਇਦ ਸ਼ਡਿਊਲ ਚੱਲਦਾ ਪਿਆ ਕਿਉਂਕਿ ਮੇਰਾ ਇੰਨੇ ਬੌਂਡਿੰਗ ਨਹੀਂ ਹੈਗੀ ਏਜੰਟਾਂ ਨਾਲ ਕਿਉਂਕਿ ਮੈਨ ਇਹ ਏਜੰਟਾਂ ਨੂੰ ਪਤਾ ਹੁੰਦਾ ਕਿ ਕਿਹੜੇ ਸ਼ਡਿਊਲ ਦੇ ਚੱਲਦੇ ਪਏ ਮਤਲਬ ਕਿਹੜੇ ਬੈਚ ਦੇ ਉੱਥੇ ਜਿਹੜੇ ਵੀਜ਼ੇ ਲੱਗਦੇ ਪਏ ਆ ਤਕਰੀਬਨ ਤੁਸੀਂ ਏਜੰਟਾਂ ਦੀ ਵੀਡੀਓ ਦੇਖਦੇ ਹੋਗੇ ਉਹ ਤਾਂ ਦੱਸ ਦੇਣਗੇ ਵੀ ਫਲਾਣੇ ਮਹੀਨੇ ਦੇ ਵੀਜ਼ੇ ਚੱਲਦੇ ਪਏ ਆ ਵੀ ਵੀਜ਼ੇ ਨਿਕਲਦੇ ਪਏ ਤੇ ਮੇਰੀ ਇੰਦੀ ਏਜੰਟਾਂ ਨਾਲ ਹੈ ਨਹੀਂ ਕੋਈ ਬੌਂਡਿੰਗ ਹਨਾ ਤੇ ਹਾਂ ਐਮਬੈਸੀ ਨੂੰ ਮੈਂ ਕਾਲ ਕਰਾਂ ਪਤਾ ਕਰ ਸਕਦਾ ਹਾਂ ਬਟ ਇਹਨਾਂ ਟਾਈਮ ਨਹੀਂ ਹੁੰਦਾ April ਜਾਂ May ਦੇ ਹੋ ਸਕਦਾ ਕਿ ਚੱਲਦੇ ਹੋਣ ਆ ਹੌਲੀ ਹੌਲੀ ਇਹਨਾਂ ਨੇ ਕਲੀਅਰ ਕਰ ਦਿੰਨੇ ਹਨ ਦਸੰਬਰ ਤੱਕ ਹਰ ਹਰ ਬੰਦੇ ਦੀ ਵਾਰੀ ਆ ਜਾਣੀ ਹੈ ਠੀਕ ਆ ਬਾਕੀ ਤੁਹਾਡੇ ਡਾਕੂਮੈਂਟ ਵਿੱਚ ਕੋਈ ਥੋੜੀ ਬੋਦੀ ਪ੍ਰੋਬਲਮ ਹੋਵੇ ਤਾਂ ਤੁਹਾਡੀ ਰਿਜੈਕਸ਼ਨ ਆ ਸਕਦੀ ਹੈ ਆ ਸਕਦੀ ਹੈ ਆਦਰਵਾਇਜ਼ ਜੇ ਨਾਰਮਲੀ ਤੇ ਵਰਕ ਪਰਮਿਟ ਦੇ 100% ਚਾਂਸ ਹੀ ਹੁੰਦੇ ਆ ਆਉਣ ਦੇ ਤੇ ਫੈਮਿਲੀ ਵੀਜ਼ੇ ਦੇ ਵੀ 100% ਚਾਂਸ ਹੀ ਹੁੰਦੇ ਆਉਣ ਦੇ ਹਾਂ ਟੂਰਿਸਟ ਵੀਜ਼ਾ ਵਿਜ਼ਿਟ ਵੀਜ਼ਾ ਉਹਦੇ ਵਿੱਚ ਹੋ ਸਕਦਾ ਉਹ ਨੇਕੀ ਦਾ ਫਰਕ ਹੋਵੇ ਇੱਥੇ ਆ ਕੇ ਜਿਹੜੀ ਆਈਡੀ ਆ ਆਈਡੀ ਦਾ ਪਹਿਲਾਂ ਤਾਂ ਤੁਹਾਡੀ ਅਪਾਇੰਟਮੈਂਟ ਲੈਣੀ ਪੈਂਦੀ ਫਿੰਗਰਪ੍ਰਿੰਟ ਦੀ ਅਪਾਇੰਟਮੈਂਟ ਅਪਾਇੰਟਮੈਂਟ ਮਿਲਦੀ ਹੈ 2-2 ਮਹੀਨੇ ਦੀ ਮੈਂ ਪਰਸਨਲੀ ਮੇਰੀ ਮੈਂ ਮੈਂ ਆਪਣਾ ਕੰਮ ਕਰਾ ਰਿਹਾ ਸੀਗਾ ਮੇਰੀ ਡੇਢ ਮੈਨੂੰ ਡੇਢ ਮਹੀਨੇ ਦੀ ਅਪਾਇੰਟਮੈਂਟ ਮਿਲਦੀ ਸੀ ਤੇ ਡੇਢ ਮਹੀਨੇ ਦੀ ਅਪਾਇੰਟਮੈਂਟ ਮਿਲੀ ਉਤੋਂ ਬਾਅਦ ਫਿਰ ਫਿੰਗਰਪ੍ਰਿੰਟ ਹੋਏ ਤਾਂ ਇਦਾਂ ਹੋ ਜਾਂਦੀ ਹੈ ਡੇਢ ਮਹੀਨੇ ਤੋਂ ਬਾਅਦ ਫਿਰ ਤੁਹਾਨੂੰ ਡੇਢ ਕੁ ਮਹੀਨਾ ਆਈਡੀ ਆਉਣ ਨੂੰ ਲੱਗ ਜਾਂਦਾ ਅੱਗੇ 1 ਮਹੀਨਾ ਲੱਗਦਾ ਸੀ ਹੁਣ 1 ਮਹੀਨੇ ਤੋਂ ਉੱਪਰ ਲੱਗਣ ਡਿਆ ਟਾਈਮ ਫਰਮਾਨੀਆ 'ਚ ਡੇਢ ਮਹੀਨਾ ਲੱਗਦਾ ਪਿਆ ਆ ਆਈਡੀ ਆਉਣ ਨੂੰ ਕਹ ਲੋ ਕਿ 3 ਮਹੀਨੇ 'ਚ ਤੁਹਾਨੂੰ ਆਈਡੀ ਮਿਲੂਗੀ ਠੀਕ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰੋ ਸੋ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ